ਜਿੰਮੀ ਫੈਲਨ ਦੇ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ, ਉਹ ਕਹਿੰਦੇ ਪਹਿਲਾਂ ਇੱਦਾਂ ਕਦੇ ਨਹੀਂ ਹੁੰਦਾ, ਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ, 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ। ਉਹ ਹੈਰਾਨ ਸੀ ਵੀ ਇਹ ਕਿਉਂ ਇੱਦਾਂ ਹੋ ਰਿਹਾ ਇੰਨੀ ਦੇਰ ਬਾਅਦ। ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਹੈ। ਉਹ ਮੇਰੇ ਲਈ ਨਹੀਂ ਖੜੇ, ਉਹ ਪੰਜਾਬ ਅਤੇ ਪੰਜਾਬੀਅਤ ਲਈ ਖੜੇ ਉੱਥੇ। ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨੂੰ ਸਪੋਰਟ ਹੀ ਕਰਦੇ, ਸੋ ਚਾਹੇ ਕਿਤੇ 100 ਬੰਦਾ ਚਾਹੇ 150 ਬੰਦਾ ਕਿਸੇ ਸਿਟੀ ਦੇ ਵਿੱਚ, ਜੇ ਉਹਨਾਂ ਨੂੰ ਪਤਾ ਲੱਗਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਆ। ਅਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ, ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ, ਅਤੇ ਸਾਰਿਆਂ ਨੂੰ ਚੰਗਾ ਲੱਗਦਾ। ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ, ਕੋਈ ਬਾਂਗਲਾਦੇਸ਼ 'ਚੋਂ, ਚਾਹੇ ਕੋਈ ਪਾਕਿਸਤਾਨ ਤੋਂ, ਜਿਹੜੇ ਬਾਹਰ ਰਹਿੰਦੇ ਆ, ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ। ਇਹ ਜਿਹੜੀਆਂ ਵੱਡੀਆਂ ਪਾਈਆਂ, ਜਿਹੜਾ ਇਹ ਤਾਂ ਪੋਲੀਟਿਕਸ ਦੀ ਗੱਲ ਹੈ, ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ ਨਹੀਂ। ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚੇ, ਪੰਜਾਬੀ ਦੁਨੀਆਂ ਦੇ ਹਰ ਕੋਨੇ 'ਚ, ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤਾਂ ਉਹ ਤੁਹਾਨੂੰ ਸਪੋਰਟ ਕਰਨ ਲਈ ਪਹੁੰਚ ਕੇ ਦਿੱਤੇ। ਜਿੰਮੀ ਫੈਲਨ ਦੇ ਸ਼ੋਅ 'ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ, ਉਹ ਕਹਿੰਦੇ ਪਹਿਲਾਂ ਇੱਦਾਂ ਕਦੇ ਨਹੀਂ ਹੁੰਦਾ, ਅਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ, 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ। ਉਹ ਹੈਰਾਨ ਸੀ ਵੀ ਇਹ ਕਿਉਂ ਇੱਦਾਂ ਹੋ ਰਿਹਾ ਇੰਨੀ ਦੇਰ ਬਾਅਦ। ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਹੈ। ਉਹ ਮੇਰੇ ਲਈ ਨਹੀਂ ਖੜੇ, ਉਹ ਪੰਜਾਬ ਅਤੇ ਪੰਜਾਬੀਅਤ ਲਈ ਖੜੇ ਉੱਥੇ। ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨੂੰ ਸਪੋਰਟ ਹੀ ਕਰਦੇ, ਸੋ ਚਾਹੇ ਕਿਤੇ 100 ਬੰਦਾ ਚਾਹੇ 150 ਬੰਦਾ ਕਿਸੇ ਸਿਟੀ ਦੇ ਵਿੱਚ, ਜੇ ਉਹਨਾਂ ਨੂੰ ਪਤਾ ਲੱਗਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਆ। ਅਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ, ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ, ਅਤੇ ਸਾਰਿਆਂ ਨੂੰ ਚੰਗਾ ਲੱਗਦਾ। ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ, ਕੋਈ ਬਾਂਗਲਾਦੇਸ਼ 'ਚੋਂ, ਚਾਹੇ ਕੋਈ ਪਾਕਿਸਤਾਨ ਤੋਂ, ਜਿਹੜੇ ਬਾਹਰ ਰਹਿੰਦੇ ਆ, ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ। ਇਹ ਜਿਹੜੀਆਂ ਵੱਡੀਆਂ ਪਾਈਆਂ, ਜਿਹੜਾ ਇਹ ਤਾਂ ਪੋਲੀਟਿਕਸ ਦੀ ਗੱਲ ਹੈ, ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ ਨਹੀਂ। ਜਿੰਮੀ ਫੈਲਨ ਦੇ ਸ਼ੋਅ 'ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ, ਉਹ ਕਹਿੰਦੇ ਪਹਿਲਾਂ ਇੱਦਾਂ ਕਦੇ ਨਹੀਂ ਹੁੰਦਾ, ਅਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ, 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ। ਉਹ ਹੈਰਾਨ ਸੀ ਵੀ ਇਹ ਕਿਉਂ ਇੱਦਾਂ ਹੋ ਰਿਹਾ ਇੰਨੀ ਦੇਰ ਬਾਅਦ। ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਹੈ। ਉਹ ਮੇਰੇ ਲਈ ਨਹੀਂ ਖੜੇ, ਉਹ ਪੰਜਾਬ ਅਤੇ ਪੰਜਾਬੀਅਤ ਲਈ ਖੜੇ ਉੱਥੇ। ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨੂੰ ਸਪੋਰਟ ਹੀ ਕਰਦੇ, ਸੋ ਚਾਹੇ ਕਿਤੇ 100 ਬੰਦਾ ਚਾਹੇ 150 ਬੰਦਾ ਕਿਸੇ ਸਿਟੀ ਦੇ ਵਿੱਚ, ਜੇ ਉਹਨਾਂ ਨੂੰ ਪਤਾ ਲੱਗਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਆ। ਅਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ, ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ, ਅਤੇ ਸਾਰਿਆਂ ਨੂੰ ਚੰਗਾ ਲੱਗਦਾ। ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ, ਕੋਈ ਬਾਂਗਲਾਦੇਸ਼ 'ਚੋਂ, ਚਾਹੇ ਕੋਈ ਪਾਕਿਸਤਾਨ ਤੋਂ, ਜਿਹੜੇ ਬਾਹਰ ਰਹਿੰਦੇ ਆ, ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ। ਇਹ ਜਿਹੜੀਆਂ ਵੱਡੀਆਂ ਪਾਈਆਂ, ਜਿਹੜਾ ਇਹ ਤਾਂ ਪੋਲੀਟਿਕਸ ਦੀ ਗੱਲ ਹੈ, ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ ਨਹੀਂ। ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚੇ, ਪੰਜਾਬੀ ਦੁਨੀਆਂ ਦੇ ਹਰ ਕੋਨੇ 'ਚ, ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤਾਂ ਉਹ ਤੁਹਾਨੂੰ ਸਪੋਰਟ ਕਰਨ ਲਈ ਪਹੁੰਚ ਕੇ ਦਿੱਤੇ। ਜਿੰਮੀ ਫੈਲਨ ਦੇ ਸ਼ੋਅ 'ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ, ਉਹ ਕਹਿੰਦੇ ਪਹਿਲਾਂ ਇੱਦਾਂ ਕਦੇ ਨਹੀਂ ਹੁੰਦਾ, ਅਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ, 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ। ਉਹ ਹੈਰਾਨ ਸੀ ਵੀ ਇਹ ਕਿਉਂ ਇੱਦਾਂ ਹੋ ਰਿਹਾ ਇੰਨੀ ਦੇਰ ਬਾਅਦ। ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਹੈ। ਉਹ ਮੇਰੇ ਲਈ ਨਹੀਂ ਖੜੇ, ਉਹ ਪੰਜਾਬ ਅਤੇ ਪੰਜਾਬੀਅਤ ਲਈ ਖੜੇ ਉੱਥੇ। ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨੂੰ ਸਪੋਰਟ ਹੀ ਕਰਦੇ, ਸੋ ਚਾਹੇ ਕਿਤੇ 100 ਬੰਦਾ ਚਾਹੇ 150 ਬੰਦਾ ਕਿਸੇ ਸਿਟੀ ਦੇ ਵਿੱਚ, ਜੇ ਉਹਨਾਂ ਨੂੰ ਪਤਾ ਲੱਗਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ।
ਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ, ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ ਨੂੰ, ਅਤੇ ਸਾਰਿਆਂ ਨੂੰ ਚੰਗਾ ਲੱਗਦਾ, ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ, ਕੋਈ ਬਾਂਗਲਾਦੇਸ਼ 'ਚੋਂ, ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ, ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ। ਇਹ ਜਿਹੜੀਆਂ ਵੱਡੀਆਂ ਪਾਈਆਂ ਜਿਹੜਾ ਇਹ ਤਾਂ ਪੋਲੀਟਿਕਸ ਦੀ ਗੱਲ ਹੈ, ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ ਨਹੀਂ। ਜਿਮੀ ਫੈਲਨ ਦੇ ਸ਼ੋਅ 'ਤੇ ਲੋਕ 3 ਵਜੇ ਖੜ੍ਹੇ ਸੀ ਪੰਜਾਬੀ, ਉਹ ਕਹਿੰਦੇ ਪਹਿਲਾਂ ਇੱਦਾਂ ਕਦੇ ਨਹੀਂ ਹੁੰਦਾ, ਅਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ, 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ। ਉਹ ਹੈਰਾਨ ਸੀ ਵੀ ਇਹ ਕਿਉਂ ਇੱਦਾਂ ਹੋ ਰਿਹਾ ਇੰਨੀ ਦੇਰ ਬਾਅਦ। ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜ੍ਹੇ ਹੈ। ਉਹ ਮੇਰੇ ਲਈ ਨਹੀਂ ਖੜ੍ਹੇ, ਉਹ ਪੰਜਾਬ ਅਤੇ ਪੰਜਾਬੀਅਤ ਲਈ ਖੜ੍ਹੇ ਉੱਥੇ। ਉਹ ਕੋਈ ਵੀ ਬੰਦਾ ਉੱਥੇ ਜਾਂਦਾ, ਪੰਜਾਬੀ ਉਹਨੂੰ ਸਪੋਰਟ ਹੀ ਕਰਦੇ। ਸੋ ਚਾਹੇ ਕਿਤੇ 100 ਬੰਦਾ ਹੈ, ਚਾਹੇ 150 ਬੰਦਾ ਹੈ, ਕਿਸੇ ਸਿਟੀ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਆਇਆ, ਉਹ ਸਪੋਰਟ ਕਰਦੇ ਆ। ਅਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ, ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ ਨੂੰ, ਅਤੇ ਸਾਰਿਆਂ ਨੂੰ ਚੰਗਾ ਲੱਗਦਾ, ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ, ਕੋਈ ਬਾਂਗਲਾਦੇਸ਼ 'ਚੋਂ, ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ, ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ। ਇਹ ਜਿਹੜੀਆਂ ਵੱਡੀਆਂ ਪਾਈਆਂ ਜਿਹੜਾ ਇਹ ਤਾਂ ਪੋਲੀਟਿਕਸ ਦੀ ਗੱਲ ਹੈ, ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ। ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚੇ, ਪੰਜਾਬੀ ਦੁਨੀਆਂ ਦੇ ਹਰ ਕੋਨੇ 'ਚ, ਚਾਹੇ ਕੋਈ 100 ਬੰਦਾ ਕਿਤੇ, ਚਾਹੇ 150 ਬੰਦਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ, ਤਾਂ ਉਹ ਤੁਹਾਨੂੰ ਸਪੋਰਟ ਕਰਨ ਲਈ ਪਹੁੰਚਦੇ ਨੇ ਉੱਥੇ। ਜਿਮੀ ਫੈਲਨ ਦੇ ਸ਼ੋਅ 'ਤੇ ਲੋਕ 3 ਵਜੇ ਖੜ੍ਹੇ ਸੀ ਪੰਜਾਬੀ, ਉਹ ਕਹਿੰਦੇ ਪਹਿਲਾਂ ਇੱਦਾਂ ਕਦੇ ਨਹੀਂ ਹੁੰਦਾ, ਅਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ, 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ। ਉਹ ਹੈਰਾਨ ਸੀ ਵੀ ਇਹ ਕਿਉਂ ਇੱਦਾਂ ਹੋ ਰਿਹਾ ਇੰਨੀ ਦੇਰ ਬਾਅਦ। ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜ੍ਹੇ ਹੈ। ਉਹ ਮੇਰੇ ਲਈ ਨਹੀਂ ਖੜ੍ਹੇ, ਉਹ ਪੰਜਾਬ ਅਤੇ ਪੰਜਾਬੀਅਤ ਲਈ ਖੜ੍ਹੇ ਉੱਥੇ। ਉਹ ਕੋਈ ਵੀ ਬੰਦਾ ਉੱਥੇ ਜਾਂਦਾ, ਪੰਜਾਬੀ ਉਹਨੂੰ ਸਪੋਰਟ ਹੀ ਕਰਦੇ। ਸੋ ਚਾਹੇ ਕਿਤੇ 100 ਬੰਦਾ ਹੈ, ਚਾਹੇ 150 ਬੰਦਾ ਹੈ, ਕਿਸੇ ਸਿਟੀ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਆਇਆ, ਉਹ ਸਪੋਰਟ ਕਰਦੇ ਆ। ਅਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ, ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ ਨੂੰ, ਅਤੇ ਸਾਰਿਆਂ ਨੂੰ ਚੰਗਾ ਲੱਗਦਾ, ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ, ਕੋਈ ਬਾਂਗਲਾਦੇਸ਼ 'ਚੋਂ, ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ, ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ। ਇਹ ਜਿਹੜੀਆਂ ਵੱਡੀਆਂ ਪਾਈਆਂ ਜਿਹੜਾ ਇਹ ਤਾਂ ਪੋਲੀਟਿਕਸ ਦੀ ਗੱਲ ਹੈ, ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ ਨਹੀਂ।